ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮਿੰਟੂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਪ੍ਰਕਾਸ਼ ਪਰਵ ਆ ਸਾਰੇ ਦੇਸ਼ ਵਿੱਚ ਮਨਾਇਆ ਜਾ ਰਿਹਾ। ਜੇ ਗੱਲ ਕਰੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੇ ਵਿੱਚ 13-13 ਦਾ ਹੋਕਾ ਦਿੱਤਾ ਸੀ ਔਰ ਸਾਰਾ ਸੰਸਾਰ ਇਸ ਫਲਸਫੇ ਨੂੰ ਮੰਨਦਾ ਵੀ ਹੈ। ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਵਿਖੇ ਮੌਜੂਦ ਹਾਂ। ਇੱਕ ਦੁਕਾਨਦਾਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਸਬਜ਼ੀ ਆ ਜਿਹੜੀ 13-13 ਰੁਪਏ ਦੇ ਵਿੱਚ ਵੇਚੀ ਜਾ ਰਹੀ ਆ। ਸਵੇਰੇ ਜਲਦੀ ਤੋਂ ਹੀ ਸਾਜਰੇ ਤੋਂ ਹੀ ਮਾਰਨਿੰਗ ਟਾਈਮ ਤੋਂ ਹੀ ਰਸ਼ ਦੇਖਣ ਨੂੰ ਮਿਲ ਰਿਹਾ। ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਹਰ ਇੱਕ ਸਬਜ਼ੀ ਦਾ ਜਿਹੜਾ ਰੇਟ ਆ 13-13 ਰੁਪਏ ਰੱਖਿਆ ਗਿਆ। ਸਵੇਰੇ 6-7 ਵਜੇ ਤੋਂ ਹੀ ਇਹ ਜਿਹੜੀ ਸਬਜ਼ੀ ਆ ਵਿਕਣੀ ਸ਼ੁਰੂ ਹੋ ਜਾਂਦੀ ਆ ਔਰ 12 ਵਜੇ ਤੱਕ ਕਿਹਾ ਜਾ ਰਿਹਾ ਕਿ 12 ਵਜੇ ਤੱਕ ਇਹ ਸਾਰਾ ਸਮਾਨ ਆ ਜਿਹੜਾ ਵਿਕ ਜਾਂਦਾ। ਔਰ ਜੇ ਗੱਲ ਕਰੀਏ ਤਾਂ ਪ੍ਰਕਾਸ਼ ਪਰਬ ਮੌਕੇ ਤੇ ਇਹੋ ਜਿਹੀ ਸੋਚ ਇਹੋ ਜਿਹਾ ਫਲਸਫਾ ਸਾਰਿਆਂ ਨੂੰ ਅਪਣਾਉਣਾ ਚਾਹੀਦਾ। ਸੋ ਮੇਰੇ ਨਾਲ ਦੁਕਾਨਦਾਰ ਮੌਜੂਦ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫਾ 13-13 ਰੁਪਏ ਦੇ ਵਿੱਚ ਸਬਜ਼ੀਆਂ ਵੇਚ ਰਹੇ ਨੇ। ਗੱਲਬਾਤ ਕਰਦੇ ਹਾਂ ਬਾਈ ਜੀ, ਕੀ ਨਾਮ ਹੈਗਾ ਤੁਹਾਡਾ? ਹਰਸਿਮਰਨਜੀਤ ਸਿੰਘ ਹੈ ਜੀ ਮੇਰਾ ਨਾਮ। ਬਾਈ ਜੀ ਇਹ ਜਿਹੜਾ ਤੁਸੀਂ 13-13 ਰੁਪਏ 'ਚ ਸਬਜ਼ੀ ਵੇਚ ਰਹੇ ਹੋ ਇਹ ਮਾਇੰਡ ਦੇ ਵਿੱਚ ਕਿੱਦਾਂ ਆਇਆ? ਇਹ ਗੁਰੂ ਸਾਹਿਬ ਨੇ ਆਪੇ ਮੇਰੇ ਮਾਇੰਡ 'ਚ ਲਿਆ ਕੇ ਅਤੇ ਉਹ ਮੇਰਾ ਉਹਦਾ ਵਿਚਾਰ ਬਣਿਆ ਮੇਰੇ ਮਨ 'ਚ। ਇਹ ਕਦੋਂ ਤੋਂ ਲਗਾ ਰਹੇ? ਮੈਂ 3 ਸਾਲ ਤੋਂ ਲਗਾ ਰਿਹਾ ਜੀ। ਕਿਹੜੀ ਕਿਹੜੀ ਸਬਜ਼ੀ ਆ ਜਿਹੜੀ ਤੁਸੀਂ ਜਾਂ ਸਾਰੀਆਂ ਸਬਜ਼ੀਆਂ? 13 ਸਬਜ਼ੀਆਂ ਹੁੰਦੀਆਂ ਜਿਹਦੇ ਵਿੱਚ ਨਿੰਬੂ, ਧਨੀਆ, ਸਹੀ ਸਾਰੇ ਬੋਰਡ ਤੇ ਆਈਟਮਾਂ ਲਿਖੀਆਂ ਹੋਈਆਂ ਉਹ ਸਬਜ਼ੀਆਂ ਮੈਂ ਫਿਰ ਦੇਣਾ ਜੀ ਸਾਰੀਆਂ। ਇਹ ਬਾਈ ਜੀ ਕੁਝ ਸਬਜ਼ੀਆਂ ਤਾਂ ਇਹਦੇ ਵਿੱਚ ਬਹੁਤ ਮਹਿੰਗੀਆਂ ਨੇ ਬਾਜ਼ਾਰ ਦੇ ਵਿੱਚ, ਉਹ ਫਿਰ ਕਿਵੇਂ ਕਰਦੇ ਹੋ? ਉਹ ਗੁਰੂ ਸਾਹਿਬ ਆਪੇ ਹੀ ਸੈਟਿੰਗ ਕਰ ਦਿੰਦੇ ਜੀ, ਆਪੇ ਪੂਰੇ ਹੋ ਜਾਂਦੇ ਮੇਰੇ ਪੈਸੇ ਜੀ। ਫਿਰ ਇਹਦੀ ਤਿਆਰੀ ਤੁਸੀਂ 1-2 ਦਿਨ ਪਹਿਲਾਂ ਤੋਂ ਸ਼ੁਰੂ ਕਰਦੇ? ਤਿਆਰੀ ਕੱਲ੍ਹ ਦੁਪਹਿਰ ਤੋਂ ਸ਼ੁਰੂ ਕਰ ਲਈ ਜੀ, ਸਬਜ਼ੀ ਦੁਪਹਿਰ ਤੋਂ ਪੈਕ ਹੋਣੀ ਸ਼ੁਰੂ ਹੋ ਗਈ ਸੀ ਅਤੇ ਫਿਰ ਅੱਜ ਸਵੇਰੇ ਅੱਧੀ ਰਾਤ ਨੂੰ ਪੈਕ ਕਰ ਲਈ ਸੀ ਅਤੇ ਅੱਧੀ ਹੁਣ ਸਵੇਰੇ ਪੈਕ ਕਰਕੇ ਫਿਰ ਗਾਹਕਾਂ ਨੂੰ ਦਿੱਤੀ। ਇਹ ਕਿੰਨੇ ਵਜੇ ਤੋਂ ਸਟਾਰਟਿੰਗ ਕਰ ਦਿੰਦੇ ਤੁਸੀਂ? ਇਹ 6 ਵਜੇ ਸ਼ੁਰੂ ਕਰ ਦਿੰਦੇ ਹਾਂ ਜੀ, 10 ਵਜੇ ਤੱਕ ਚੱਲਦੀ ਹੈ। ਹਾਂਜੀ ਅਤੇ ਕਿੰਨੇ ਕੁ ਲੱਗਦਾ ਤੁਹਾਨੂੰ ਆ ਕੇ ਖਰੀਦ ਕੇ ਲੈ ਕੇ ਗਏ ਨੇ? ਇਹ ਸਬਜ਼ੀ ਇਹ ਕੋਈ ਐਸਟੀਮੇਟ ਲਗਾਇਆ ਨਹੀਂ ਜੀ ਹਜੇ ਤਾਂ, ਬਸ ਜਿੰਨੀ ਗੁਰੂ ਸਾਹਿਬ ਨੇ ਕਰੀ ਗਿਆ ਜੀ ਉਨਾ ਕੁ ਹੋ ਗਿਆ ਜੀ। ਅੱਛਾ ਸਬਜ਼ੀ ਖਤਮ ਹੋਣ ਤੋਂ ਬਾਅਦ ਦੁਬਾਰਾ ਅੱਜ ਨਵੀਂ ਵੀ ਲੈ ਕੇ ਆਏ? ਹਾਂਜੀ ਦੁਬਾਰਾ ਨਿੰਬੂ ਲੈ ਕੇ ਆਏ ਜੀ ਬਸ। ਅੱਛਾ ਜੀ, ਨਿੰਬੂ ਅਤੇ ਬਾਕੀ ਹਜੇ ਭਿੰਡੀ ਘਈਆ ਪਏ ਆ ਜੀ, ਉਹ ਵੀ 13 ਰੁਪਏ ਕਿਲੋ ਜੀ। ਸਾਰੀ ਸਬਜ਼ੀ ਲੱਗ ਗਈ ਹੁਣ? ਹਾਂਜੀ ਥੋੜ੍ਹੀ ਜਿਹੀ ਰਹਿ ਗਈ, ਬਸ ਘਈਆ ਰਹਿ ਗਿਆ ਇਕੱਲਾ। ਅਗਲੇ ਸਾਲ ਲਗਾਉਂਗੇ? ਅਗਲੇ ਸਾਲ ਗੁਰੂ ਸਾਹਿਬ ਨੇ ਜਿੱਦਾਂ ਜਿੰਦਾ ਸਵਾਸ ਬਖਸ਼ੇ ਅਤੇ ਅਗਲੇ ਸਾਲ ਫਿਰ ਇੱਦਾਂ ਲਗਾਵਾਂਗੇ ਜੀ। ਅੱਛਾ ਇਹ ਤਾਂ ਬਾਬਾ ਨਾਨਕ ਆਪੇ ਲਗਾ ਰਿਹਾ ਜੀ, ਸਾਡੇ ਬਸ ਕੁਛ ਨਹੀਂ ਹੈਗਾ, ਉਹ ਆਪੇ ਮੇਹਰ ਕਰੀ ਜਾਂਦਾ ਤੇ ਆਪੇ ਆਪਾਂ ਲਾਈ ਜਾਂਦੇ ਜੀ। ਇਹ ਮੇਰੇ ਬਸ ਨਹੀਂ ਕਿ ਮੈਂ ਲਾ ਰਿਹਾ, ਮੈਂ ਨਹੀਂ ਲਾ ਰਿਹਾ, ਇਹ ਬਾਬਾ ਨਾਨਕ ਲਾ ਰਿਹਾ ਜੀ। ਅੱਛਾ ਅਸੀਂ ਕਈ ਵਾਰੀ ਦੇਖਦੇ ਹਾਂ ਕੁਝ ਕੁ ਲੋਕ ਹੁੰਦੇ ਨੇ ਜਦੋਂ ਚੀਜ਼ ਸਸਤੀ ਵੀ ਮਿਲਦੀ ਹੈ ਉਦੋਂ ਵੀ ਆਰਗੂਮੈਂਟ ਕਰਦੇ ਨੇ ਘਟਾ ਕੇ ਦੇ ਦਿਓ, ਇਹੋ ਜਿਹੇ ਵੀ ਗਾਹਕ ਆਉਂਦੇ ਨੇ? ਹਾਂਜੀ ਉਹ ਗਾਹਕ ਆਉਂਦੇ ਨੇ, ਪਰੇਸ਼ਾਨ ਬਹੁਤ ਕਰਦੇ ਕਈ ਲੋਕ ਕਿਉਂਕਿ ਰੇਟ ਤਾਂ ਪਹਿਲੇ ਹੀ ਘੱਟ ਹੈਗਾ, ਹੋਰ ਘਟਾਉਂਦੇ ਨੇ ਫਿਰ ਪਰੇਸ਼ਾਨੀ ਹੋ ਜਾਂਦੀ ਹੈ ਫਿਰ ਬੰਦੇ ਨੂੰ। ਮੈਂ ਕਹਿੰਦਾ ਜੋ ਮੇਰਾ ਰੇਟ ਹੈਗਾ ਬਿਲਕੁਲ ਜਾਇਜ਼ ਹੈ, ਬਾਜ਼ਾਰੋਂ ਟਰਾਈ ਕਰਕੇ ਆ ਜਾਓ, ਬੋਰਡ ਲਗਾਇਆ ਹੋਇਆ ਮੈਂ, ਬਾਜ਼ਾਰੋਂ ਟਰਾਈ ਕਰਕੇ ਫਿਰ ਮੈਂ ਕੋਈ ਸਬਜ਼ੀ ਲੈਣ ਆਓ, ਜੇ ਬਾਜ਼ਾਰ ਨਾਲ ਵੱਧ ਹੈ ਤਾਂ ਮੈਂ ਤੁਹਾਨੂੰ ਦੇਣਦਾਰ ਹਾਂ ਜੀ ਤੁਹਾਡਾ, ਬਾਜ਼ਾਰੋਂ ਟਰਾਈ ਕਰਕੇ ਮੇਰੇ ਕੋਲ ਅੱਧ ਰੇਟ 'ਤੇ ਲਓ ਸਬਜ਼ੀ ਹੈ, ਬੋਰਡ ਲਗਾਇਆ ਸਪੈਸ਼ਲ ਲਗਾਇਆ ਜੀ। ਅੱਛਾ ਨੋਰਮਲ ਦਿਨਾਂ 'ਚੋਂ ਵੀ ਤੁਸੀਂ ਰੇਟ ਘੱਟ? ਨੋਰਮਲ ਦਿਨਾਂ 'ਚ ਵੀ ਇੰਨਾ ਹੀ ਰਸ਼ ਹੁੰਦਾ, ਇਹ ਸਪੈਸ਼ਲ ਨਹੀਂ ਹੈਗਾ, ਤੁਸੀਂ ਨੋਰਮਲ ਦਿਨ ਜਦੋਂ ਮਰਜ਼ੀ ਆ ਕੇ ਦੇਖ ਲਓ, ਇੰਨੀ ਭੀੜ ਹੋਊਗੀ ਜੀ ਮੇਰੇ ਕੋਲ, ਜਦੋਂ ਮਰਜ਼ੀ ਮੇਰੇ ਕੋਲ 7 ਵਜੇ ਮੈਂ ਸਬਜ਼ੀ ਲਗਾਉਣਾ, ਤੁਸੀਂ ਆ ਕੇ ਦੇਖ ਲਿਓ, ਇੱਦਾਂ ਹੀ ਮੇਰੇ ਕੋਲ ਹੁੰਦਾ ਜੀ। ਲੋਕ ਉਧਾਰ ਵੀ ਕਰ ਜਾਂਦੇ ਨੇ? ਲੋਕ ਉਧਾਰ ਵੀ ਕਰ ਜਾਂਦੇ ਨੇ, ਬਸ ਗੁਰੂ ਸਾਹਿਬ ਦੀ ਕਿਰਪਾ ਨਾਲ ਚੱਲੀ ਜਾਂਦਾ ਜੀ।
ਅੱਛਾ, ਪਿੱਛੇ ਮੈਂ ਦੇਖ ਰਿਹਾ ਸੀ ਵੀ ਕਨਫੈਕਸ਼ਨਰੀ ਦਾ ਵੀ ਕੰਮ ਹੈਗਾ ਹੈ ਨਾ, ਉਹਦੇ 'ਚੋਂ ਵੀ ਤੁਸੀਂ ਰੇਟ ਲੈਸ ਘਟਾਏ ਹੋਏ? ਹਜੇ ਮੈਂ ਦੁਕਾਨ ਤਿਆਰ ਕਰ ਰਿਹਾ ਵਾਂ, ਉਹਦੇ 'ਚ ਵੀ ਮੈਂ ਲੈਸ ਲਗਾਊਂਗਾ ਜੀ। ਅੱਛਾ ਜੀ, ਹਾਂਜੀ 20% ਔਫ ਰੱਖੂੰਗਾ ਜੀ। ਓਕੇ, ਹਾਂਜੀ। ਹੁਣ ਮੈਂ ਇਸ ਟਾਈਮ ਮਕਰੋਨੀ ਰਸ ਅਤੇ ਲੈਸ ਲਗਾਈ ਹੋਈ ਹੈ ਅਤੇ ਹੋਰ ਚੀਜ਼ਾਂ 'ਤੇ ਵੀ ਡਿਸਕਾਊਂਟ ਲਗਾਊਂਗਾ। ਹੁਣ ਮੱਗੋ ਦੀ ਗੁਰਸਾਹਿਬ ਦੀ ਕਿਰਪਾ ਕੀਤੀ ਅਤੇ 20% ਕਰਿਆਨੇ 'ਚ ਡਿਸਕਾਊਂਟ ਰੱਖੂੰਗਾ, ਬਾਜ਼ਾਰੋਂ ਭਾਵੇਂ ਟਰਾਈ ਕਰਕੇ ਆ ਜਿਓ। ਸਬਜ਼ੀ ਇਹ ਇਕੱਲਾ ਸਵੇਰੇ ਸਵੇਰੇ ਹੀ ਲਗਾਉਂਦੇ ਹੋ ਜਾਂ ਮਤਲਬ ਸਾਰਾ ਦਿਨ ਸਬਜ਼ੀ ਹੁੰਦੀ ਆ? ਆਮ ਦਿਨ ਮੇਰੇ ਕੋਲ ਸਵੇਰੇ ਵਿਕ ਜਾਂਦੀ ਹੈ, 7 ਤੋਂ ਲੈ ਕੇ 10 ਵਜੇ ਤੱਕ। ਓਕੇ, ਉਸ ਤੋਂ ਬਾਅਦ ਮੇਰੇ ਕੋਲ ਸਬਜ਼ੀ ਬਚਦੀ ਨਹੀਂ ਹੈਗੀ, ਗੁਰਸਾਹਿਬ ਦੀ ਕਿਰਪਾ ਨਾਲ ਸਾਰੀ ਵਿਕ ਜਾਂਦੀ ਹੈ। ਕਿਉਂਕਿ ਪਹਿਲੇ ਦਿਨ ਤੋਂ ਅੱਜ ਤੋਂ 3 ਸਾਲ ਪਹਿਲੇ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ, ਉਦੋਂ ਮੇਰੇ ਕੋਲ ਪਹਿਲੇ ਦਿਨ ਰਸ਼ ਪਿਆ ਸੀ, ਉਹ ਰਸ਼ ਪਿਆ, ਉਸ ਤੋਂ ਬਾਅਦ ਬਾਬੇ ਨਾਨਕ ਦੀ ਐਸਾ ਕਿਰਪਾ ਹੋਈ ਉਹ ਰਸ਼ ਘਟਿਆ ਹੀ ਨਹੀਂ ਮੁੜ ਕੇ, ਉਹ ਰਸ਼ ਉਦਾਂ ਦਾ ਉੱਦਾਂ ਹੀ ਰਿਹਾ ਜੀ। ਉਹਦੀ ਕਿਰਪਾ ਚੱਲਦੀ ਵੀ ਹੈ, ਆਪਾਂ ਥੋੜ੍ਹੀ ਕੋਈ ਬੰਦੇ ਦੇ ਵਾਸ ਕੁਛ ਨਹੀਂ ਹੈਗਾ ਜੀ, ਇਹ ਕਿਰਪਾ ਉਹਦੀ ਹੈ। ਅੱਛਾ, ਇੱਕ ਗੱਲ ਦੱਸੋ, ਹੁਣੀ ਤੁਸੀਂ ਬਾਜ਼ਾਰ ਸਬਜ਼ੀ ਵਗੈਰਾ ਕੁਛ ਖਰੀਦਣ ਗਏ ਸੀ ਤਾਂ ਮੈਂ ਦੇਖ ਰਿਹਾ ਸੀ ਗੱਲਾਂ ਅਤੇ ਸਬਜ਼ੀਆਂ ਤੁਸੀਂ ਇੱਦਾਂ ਹੀ ਛੱਡ ਕੇ ਚੱਲ ਗਏ ਸੀਗੇ? ਬਸ ਉਹ ਚੱਲੀ ਜਾਂਦਾ ਉਹ ਤਾਂ, ਹਾਂਜੀ, ਉਹ ਤਾਂ ਗੁਰੂ ਨਾਨਕ ਦੇਵ ਜੀ ਕਿਰਪਾ ਜੀ, ਉਹ ਤਾਂ ਆਪੇ ਬਰਕਤਾਂ ਪਾਉਂਦਾ ਉਹ। ਕਹਿੰਦੇ ਆਪਾਂ ਉਹਦੇ 'ਤੇ ਆਸ ਰੱਖੀਏ, ਡੋਰੀ ਛੱਡਦੀ ਹੈ ਨਾ, ਪਖੰਡੀ ਬਾਬਿਆਂ 'ਤੇ ਆਸ ਨਾ ਰੱਖੀਏ, ਉਹਦੇ ਉਹ ਕਦੀ ਖਾਲੀ ਨਹੀਂ ਮੋੜਦਾ। ਕਦੀ ਅਸੀਂ ਹੱਥ ਦਿਖਾਉਣ ਜਾਂਦੇ ਹਾਂ, ਅਸੀਂ ਪੰਡਤਾਂ ਨੂੰ ਹੱਥ ਦਿਖਾਉਂਦੇ ਹਾਂ, ਹੱਥ ਦੇਖੋ ਜੀ, ਜਿਨ੍ਹਾਂ ਦੇ ਹੱਥ ਨਹੀਂ ਆਉਂਦੇ ਉਹ ਪੰਡਤ ਕਿੱਦਾਂ ਉਹਦੇ ਹੱਥ ਦੇਖ ਲੈਣਗੇ ਜਿਨ੍ਹਾਂ ਦੇ ਹੱਥ ਹੀ ਨਹੀਂ ਹੈਗੇ। ਪੰਡਤ ਜੀ ਮੰਨੋ, ਅਸੀਂ ਕਿਸੇ ਨਿੰਦਿਆ ਨਹੀਂ ਕਰਦੇ, ਪੰਡਤ ਦੀ ਨਿੰਦਿਆ ਨਹੀਂ ਕਰਦੇ, ਆਪਣੇ ਆਪਣੇ ਧਰਮ 'ਚ ਪੱਕੇ ਰਹੋ। ਜਿਹੜੇ ਮੁਸਲਮਾਨ ਆ, ਮੁਸਲਮਾਨ ਆਪਣੇ ਧਰਮ 'ਚ ਪੱਕੇ ਰਹਿੰਦੇ ਆ, ਅਸੀਂ ਸਿੱਖ ਹਾਂ, ਆਪਣੇ ਧਰਮ 'ਚ ਪੱਕੇ ਰਹੋ। ਇਹ ਨਹੀਂ ਕਿ ਤੁਸੀਂ ਕਦੀ ਪਖੰਡੀ ਬਾਬੇ ਕੋਲ ਵੀ ਤੁਰ ਜਾਣਾ, ਕਦੀ ਕਿਹਦੇ ਕੋਲ ਤੁਰ ਜਾਣਾ, ਕਦੀ ਕਿਹਦੇ ਕੋਲ, ਇੱਕ ਦਾ ਬਣ ਕੇ ਰਹੋ ਅਤੇ ਉਹ ਸਾਡਾ ਇੱਕ ਇੱਕ ਦਾ ਬਣ ਕੇ ਰਹੋ, ਗੁਰੂ ਨਾਨਕ ਦੇਵ ਜੀ ਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬੇ ਨਾਨਕ ਦਾ ਬਣ ਕੇ ਰਹੋ ਬਸ। ਤੁਹਾਡਾ ਲਾਸਟ ਸਵਾਲ ਆ, ਕੀ ਬਣਨਾ, ਕੀ ਚਾਹੁੰਦੇ ਹੋ, ਕੀ ਸੁਪਨਾ ਹੈਗਾ? ਸੁਪਨਾ ਤਾਂ ਜੋ ਗੁਰਸਾਹਿਬ ਨੇ ਸਾਡੇ ਮੁਕੱਦਰਾਂ 'ਚ ਜੋ ਲਿਖਿਆ ਨਾ, ਸਾਨੂੰ ਮਿਲ ਜੂਗਾ। ਸੁਪਨਾ ਨਹੀਂ ਹੈ, ਜੋ ਗੁਰਸਾਹਿਬ ਨੇ ਲਿਖਿਆ, ਜਿੰਨਾ ਸਾਨੂੰ ਪੈਸਾ ਮਿਲਣਾ, ਜਿੰਨਾ ਸਾਨੂੰ ਜੋ ਮਿਲਣਾ ਸਾਡੇ ਮੁਕੱਦਰਾਂ 'ਚ ਲਿਖਿਆ, ਜੋ ਉਹ ਸਾਨੂੰ ਮਿਲ ਜਾਣਾ, ਜੋ ਬਣਾ ਤਾ ਉਹਨੇ ਬਣਾ ਦੇਣਾ ਬਸ, ਉਹਦੀ ਕਿਰਪਾ ਸਾਹਿਬ। ਸੋ ਮੇਰੇ ਨਾਲ ਇੱਕ ਆਂਟੀ ਮੌਜੂਦ ਨੇ ਜੋ ਕਿ ਸਬਜ਼ੀ ਲੈਣ ਆਏ ਸੀ, ਗੱਲਬਾਤ ਕਰ ਲੈਂਦੇ ਹਾਂ। ਆਂਟੀ ਕੀ ਨਾਮ? ਪਰਮਿੰਦਰ ਕੌਰ। ਸਮਰਾ ਇੱਥੇ ਮੱਛੀਵਾੜਾ ਸਾਹਿਬ ਜੀ, ਇਹਦੇ ਇਹਨਾਂ ਦੇ ਮਹੱਲੇ 'ਚ ਰਹਿੰਦੇ ਹਾਂ। ਕੀ ਲੈਣ ਆਏ ਸੀਗੇ? ਅਸੀਂ ਸਬਜ਼ੀ ਲੈਣ ਆਏ ਸੀਗੇ ਅਤੇ ਸਬਜ਼ੀ ਇਹਨੇ ਅੱਜ 13-13 'ਤੇ ਹਰੇਕ ਸਬਜ਼ੀ 13 ਰੁਪਏ 13 ਰੁਪਏ ਸਾਰੀ ਸਬਜ਼ੀ ਵੇਚੀ ਹੈ। ਬੱਚਾ ਬਹੁਤ ਚੰਗਾ ਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਅਤੇ ਉਹਦੇ ਕਰਕੇ ਇਹਨੇ ਅੱਜ ਸਾਰੀਆਂ ਸੰਗਤਾਂ ਨੂੰ, ਸਾਰੇ ਮਾਛੀਵਾੜੇ ਨੂੰ 13-13 ਰੁਪਏ ਦੀ ਸਬਜ਼ੀ ਦਿੱਤੀ ਹੈ। ਤੁਸੀਂ ਕੀ ਖਰੀਦਿਆ ਵਾ? ਮੈਂ ਬੜਾ ਕੁਛ ਖਰੀਦਿਆ, ਮੇਰੇ ਸਾਗ ਜਿੰਨੀਆਂ ਵੀ ਸਬਜ਼ੀਆਂ ਖਰੀਦੀਆਂ ਮੈਂ ਬਹੁਤ ਕੁਛ ਖਰੀਦ ਲਿਆ। ਇਹ ਹਰ ਸਾਲ ਕਰਦੇ ਨੇ ਇਹ 13-13 ਦਾ? ਹਰੇਕ ਸਾਲ ਇਹ 13-13 ਰੁਪਏ ਦੀ ਸਬਜ਼ੀ ਦਿੰਦਾ ਕਿ ਬਹੁਤ ਵਧੀਆ ਵੀ ਉਹ ਕਰ ਰਿਹਾ ਕੰਮ, ਇਹ ਵੀ ਬਹੁਤ ਵਧੀਆ ਬੰਦਾ ਹੈ ਕਿ ਇਹਨੇ ਸਵੇਰ ਦੀ ਵੀ ਕੱਲ ਦੀ ਅਜੇ ਜਿੰਨਾ ਵੀ ਸਮਾਨ ਅੰਦਰ ਵੀ ਪਿਆ ਕਰਿਆਨੇ ਦਾ ਉਹ ਵੀ ਇੱਕ ਦੇ ਨਾਲ ਇੱਕ ਫ੍ਰੀ ਹਰ ਇੱਕ ਚੀਜ਼ ਦੇ ਰਿਹਾ। ਹਾਂ, ਇੱਕ ਦੇ ਨਾਲ ਇੱਕ ਚੀਜ਼ ਫ੍ਰੀ ਚੀਜ਼। ਅੱਛਾ, ਕਿੰਨੇ ਵਜੇ ਸਟਾਰਟ ਕਰ ਦਿੰਦੇ ਨੇ ਸਬਜ਼ੀ? 7 ਵਜੇ ਤੋਂ। ਹਾਂਜੀ, ਔਰ ਕਿੰਨੇ ਵਜੇ ਤੱਕ? 11 ਵਜੇ ਤੱਕ। ਸਾਰੀ ਸਬਜ਼ੀ ਸਾਰਾ ਸਮਾਨ ਲੱਗ ਜਾਂਦਾ? ਹਾਂ, ਸਾਰੀ ਲੱਗ ਜਾਂਦਾ, ਬੇਚਾਰਾ ਸਾਰੀ ਲੱਗ ਜਾਂਦਾ। ਬਹੁਤ ਚੰਗਾ ਬੇਟਾ ਹੈ, ਬਹੁਤ ਚੰਗਾ ਬੱਚੇ। ਇਹਦਾ ਕੱਲ ਵੀ ਮੈਂ ਜਦੋਂ ਲਿਆ ਇਹਨਾਂ ਤੋਂ ਰਸ ਲਿਆ, ਇਹਨੇ ਮੇਰੇ 55 ਦੇ 2 ਰਸ ਦਿੱਤੇ, ਜਿਹੜੇ 50 ਰੁਪਏ ਦਾ ਰਸ ਸੀ ਉਹ ਮੈਨੂੰ 2 ਪੈਕਟ ਦਿੱਤੇ ਇਹਨੇ। ਕਹਿੰਦਾ ਨਹੀਂ ਮੈਂ ਫ੍ਰੀ ਦਊਂਗਾ ਆਂਟੀ ਤੁਹਾਨੂੰ ਇੱਕ, ਤੇ ਹਰ ਇੱਕ ਚੀਜ਼ ਇਹਦੇ ਅੰਦਰ ਵੀ ਹੈ, ਬਿਸਕੁਟ ਦੇ ਨਾਲ ਬਿਸਕੁਟ ਫ੍ਰੀ ਦੇ ਰਿਹਾ। ਬਹੁਤ ਚੰਗਾ ਇਹ ਬੇਟਾ, ਬਹੁਤ ਚੰਗਾ। ਸੋ ਮੇਰੇ ਨਾਲ ਇੱਕ ਹੋਰ ਭਾਈ ਸਾਹਿਬ ਮੌਜੂਦ ਨੇ, ਸਬਜ਼ੀ ਖਰੀਦਣ ਆਏ ਸੀ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਭਾਈ, ਕੀ ਨਾਮ ਤੁਹਾਡਾ? ਮੇਰਾ ਨਾਮ ਕਮਲ ਕੁੰਦਰਾ ਜੀ, ਤੇ ਮੈਂ ਤਾਂ ਰੈਗੂਲਰੀ ਕੋਲ ਆਉਂਦਾ ਰਹਿੰਦਾ, ਤੇ ਮੇਰਾ ਮਿੱਤਰ ਵੀ ਹੈ ਇਹ, ਦੁੱਖ ਸੁੱਖ 'ਚ ਇਹਦੇ ਨਾਲ ਖੜੇ ਹਾਂ। ਇਹਦਾ ਮਾਛੀਵਾੜਾ ਸਾਹਿਬ ਦੀ? ਹਾਂਜੀ ਹਾਂਜੀ, ਮਾਛੀਵਾੜਾ ਸਾਹਿਬ ਹੀ ਜੀ ਸਾਡਾ। ਤੇ ਇਹਦਾ ਜਿਹੜਾ ਰੇਟ ਆਮ ਦਿਨਾਂ 'ਚ ਵੀ, ਪਹਿਲਾਂ ਆਮ ਬਾਜ਼ਾਰ 'ਚ ਜਦੋਂ ਮਾਈ ਚੈੱਕ ਕਰ ਲਿਓ ਰੋਜ਼ ਸਵੇਰੇ, ਇਹਦਾ ਆਮ ਦਿਨਾਂ ਨਾਲੋਂ ਵੀ ਰੇਟ ਆਮ ਸਬਜ਼ੀਆਂ ਦੁਕਾਨਾਂ ਨਾਲੋਂ ਘੱਟ ਹੀ ਹੁੰਦਾ ਜੀ। ਤੁਸੀਂ ਕੀ ਖਰੀਦਣ ਆਏ ਸੀ? ਮੈਂ ਤਾਂ ਇੱਕ ਨਿੰਬੂ ਲਏ ਜੀ ਤੇ ਸ਼ਲਗਮ ਲਏ, ਦੋ ਚੀਜ਼ਾਂ ਹੀ ਲਈਆਂ।
ਕਿੰਨੇ ਦਾ ਮਿਲਿਆ ਤੁਹਾਨੂੰ? 93 ਰੁਪਏ ਕਿਲੋ ਜੀ, ਦੋ ਚੀਜ਼ਾਂ 26 ਰੁਪਏ ਦੀਆਂ। ਇਹ ਆਮ ਦਿਨਾਂ 'ਚ ਵੀ ਇਹਦਾ ਰੇਟ ਜਿਹੜਾ ਹੈ, ਆਮ ਤੁਸੀਂ ਬਾਜ਼ਾਰ 'ਚ ਜਦੋਂ ਮਰਜ਼ੀ ਚੈੱਕ ਕਰ ਲਿਓ ਸਵੇਰੇ ਆ ਕੇ 8 ਵਜੇ, ਅਤੇ ਇਹਦਾ ਰੇਟ ਆਮ ਬਾਜ਼ਾਰ ਸਬਜ਼ੀ ਨਾਲੋਂ ਘੱਟ ਹੀ ਹੁੰਦਾ ਜੀ। ਇਹ ਮਤਲਬ ਬੰਦਾ ਗੁਰੂ ਨਾਨਕ ਦਾ ਅਸਲ 'ਚ ਭਗਤ ਹੈ ਜੀ, ਅੰਦਰੋਂ ਬਾਹਰੋਂ ਵੀ ਇੱਕ ਆ, ਸੱਚਾ ਭਗਤ ਆ। ਤੁਸੀਂ ਦੇਖ ਲਓ, ਨਾਲੇ ਕੋਈ ਇੰਨਾ ਅਫੋਰਡ ਨਹੀਂ ਕਰ ਸਕਦਾ ਇਹਦੇ ਘਰ ਬਾਰ, ਤੁਸੀਂ ਦੇਖ ਲਓ, ਪਰ ਫਿਰ ਵੀ ਇਹ ਇੰਨੀ ਸ਼ਰਧਾ ਭਾਵਨਾ ਇਹਦੀ, ਮਤਲਬ ਇਹ ਸੇਵਾ ਕਰਦਾ ਲੋਕਾਂ ਦੀ। ਮੈਂ ਤਾਂ ਇਹੀ ਕਹਿੰਦਾ ਵੀ ਲੋਕਾਂ ਨੂੰ ਇਹਦਾ ਸਹਿਯੋਗ ਦੇਣਾ ਚਾਹੀਦਾ ਵੱਧ ਤੋਂ ਵੱਧ, ਅਤੇ ਇਹਦੀ ਹੈਲਪ ਕਰਨੀ ਚਾਹੀਦੀ ਆ, ਬਸ ਇਹੀ ਕਹਿੰਦਾ ਜੀ ਮੈਂ। ਔਰ ਗੁਰੂ ਨਾਨਕ ਸਾਹਿਬ ਦਾ ਜਿਹੜਾ 13-13 ਵਾਲਾ ਫਲਸਫਾ, ਜੋ ਬਹੁਤ ਕੁਝ ਕੇ ਲੋਕ ਅਪਣਾਉਂਦੇ ਨੇ, ਬੜੀਆਂ ਬੜੀਆਂ ਸੰਸਥਾਵਾਂ ਵੀ ਇਹ 13-13 ਦਾ, ਚਾਹੇ ਮੈਡੀਸਨ ਆ, ਹੋਰ ਲੰਗਰ ਵੀ ਲਗਾਉਂਦੇ ਨੇ, ਅਤੇ ਇੱਕ ਆਮ ਦੁਕਾਨਦਾਰ ਇਹ 13-13 ਦਾ ਮਤਲਬ ਲਗਾ ਰਹੇ ਨੇ ਉਹਨਾਂ ਦੇ ਫਲਸਫੇ 'ਤੇ ਤੁਰਦੇ ਹੋਏ, ਕੀ ਕਹੋਗੇ, ਕੀ ਮੈਸੇਜ ਕੀ ਆ ਲੋਕਾਂ ਲਈ? ਵੀਰ ਜੀ, 10ਵੇਂ ਪਾਤਸ਼ਾਹ ਨੇ ਕਿਹਾ ਜਿਨ ਪ੍ਰੇਮ ਕੀ ਉਹ ਤੇਰੇ ਹੀ ਪ੍ਰਭ ਪਾਇਓ, ਚਾਹੇ ਮੈਂ ਜਾਂ ਕੋਈ ਹੈ, ਜਿੰਨੇ ਮਰਜ਼ੀ ਤੁਸੀਂ ਮੰਦਰ ਗੁਰਦੁਆਰੇ ਮੰਦਰ ਟੱਲੀਆਂ ਵਜਾ ਲਿਓ, ਗੁਰਦੁਆਰੇ ਰੁਮਾਲੇ ਚੜ੍ਹਾ ਲਿਓ, ਠੀਕ ਹੈ ਜੀ, ਮੱਥੇ ਟੇਕ ਲਿਓ। ਜੇ ਆਪਾਂ ਕਿਸੇ ਗਰੀਬ ਦਾ ਹੱਕ ਰੱਖਣਾ ਆ, ਮੇਰੀ ਗੱਲ ਸੁਣੋ, ਮੰਨ ਲਓ ਤੁਸੀਂ ਕਿਸੇ ਨੂੰ ਫਾਲੋ ਕਰਦੇ ਆ, ਮੰਨ ਲਓ ਤੁਸੀਂ ਕਿਸੇ ਬੋਡੀ ਬਿਲਡਰ ਨੂੰ ਸਲਮਾਨ ਖਾਨ ਨੂੰ ਫਾਲੋ ਕਰਦੇ ਆ, ਪਰ ਉਹ ਤੁਸੀਂ ਫਾਸਟ ਫੂਡ ਖਾਂਦੇ ਆ, ਤੁਸੀਂ ਢਿੱਡ ਕੱਢਿਆ ਹੋਇਆ, ਫਿਰ ਤੁਸੀਂ ਕਾਹਦੇ ਫਾਲੋ ਰਹੋਦੇ? ਜੇ ਆਪਾਂ ਗੁਰੂ ਨਾਨਕ ਦੇ ਫਾਲੋ ਰਹਾ ਨਾ, ਤਾਂ ਆਪਾਂ ਨੂੰ ਹੱਕ ਸੱਚ 'ਤੇ ਚੱਲਣਾ ਚਾਹੀਦਾ, ਕਿਸੇ ਗਰੀਬ ਦਾ ਹੱਕ ਨਹੀਂ ਰੱਖਣਾ ਚਾਹੀਦਾ, ਉਹਨਾਂ ਦੀ ਸਿੱਖਿਆਵਾਂ ਨੂੰ ਵੀ ਮੰਨਣਾ ਚਾਹੀਦਾ। ਇਕੱਲਾ ਵਰਦੀ ਨਹੀਂ ਪਾਉਣੀ ਚਾਹੀਦੀ, ਮੈਂ ਸਿੱਖ ਦੀ ਵਰਦੀ ਪਾਈ ਹੈ ਜਾਂ ਪਾਈ ਹੈ, ਇਹ ਤਾਂ ਜਿਵੇਂ ਤੁਸੀਂ ਗਾਰਡਨ ਵੈਲੀ ਦੀ ਪਾਲੀ, ਸੈਕਟ ਹਾਰਟ ਦੀ ਪਾਲੀ, ਓਰੀਐਂਟ ਦੀ ਪਾਲੀ, ਉਹ ਤਾਂ ਵਰਦੀਆਂ ਨੇ। ਮੰਨ ਲਓ ਕਿਸੇ ਨੇ ਹਿੰਦੂ ਦੀ ਪਾਲੀ, ਕਿਸੇ ਨੇ ਸਿੱਖ ਦੀ ਪਾਲੀ, ਵਰਦੀਆਂ ਨੂੰ ਛੱਡੋ, ਉਹਨਾਂ ਦੇ ਗੁਣਾਂ ਨੂੰ, ਉਹਨਾਂ ਦੀ ਜਿਹੜੀ ਸਿੱਖਿਆਵਾਂ ਨੂੰ, ਉਹਨਾਂ ਨੂੰ ਅਪਣਾਓ, ਜੋ ਕਹਿੰਦੇ ਆ ਉਸ ਰਾਹ 'ਤੇ ਚੱਲੋ। ਇਹ ਬੰਦਾ ਵਾਕਈ ਗੁਰੂ ਨਾਨਕ ਦਾ ਪ੍ਰੇਮੀ ਹੈ, ਤੁਹਾਡੇ ਸਾਹਮਣੇ ਤੁਸੀਂ ਪ੍ਰੂਫ ਕਰ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਜਿਨ ਪ੍ਰੇਮ ਕੀ ਉਹ ਤੈਨੂੰ ਹੀ ਪ੍ਰਭ ਪਾਇਓ, ਇਹ ਬੰਦੇ ਤੇ ਤੁਸੀਂ ਮੰਨਦੇ ਹੋ, ਸ਼ਰਧਾ ਭਾਵਨਾ ਹੈਗੀ, ਤਾਂ ਹੀ ਕਰ ਰਿਹਾ। ਹਾਲਾਂਕਿ ਇੰਨਾ ਅਫੋਰਡ ਨਹੀਂ ਕਰਦਾ ਇਹ, ਆਪਣੇ ਸਾਰਿਆਂ ਨਾਲੋਂ ਅਫੋਰਡ ਨਹੀਂ ਕਰਦਾ, ਤੁਸੀਂ ਦੁਕਾਨ ਦੇਖ ਲਓ ਤਾਂ ਘਰ ਬਾਰ ਦੇਖ ਲਓ, ਪਰ ਸ਼ਰਧਾ ਭਾਵਨਾ ਜੀ। ਮੈਂ ਤਾਂ ਲੋਕਾਂ ਨੂੰ ਵੀ ਇਹੀ ਕਹਿੰਦਾ ਵੀ ਆਪਾਂ ਗੁਰੂ ਸਾਹਿਬ ਦੇ ਦਿਖਾਏ ਹੋਏ ਸੱਚੇ ਰਾਹ 'ਤੇ ਚੱਲੀਏ, ਅਤੇ ਆਪਾਂ ਸੱਚ ਹੱਕ ਦੀ ਕਮਾਈ ਕਰੀਏ, ਅਤੇ ਕਿਸੇ ਗਰੀਬ ਦਾ ਹੱਕ ਨਾ ਖਾਈਏ। ਮੰਦਰ ਗੁਰਦੁਆਰੇ ਭਾਵੇਂ 10 ਰੁਪਏ ਘੱਟ ਚੜ੍ਹਾ ਦਿਓ, ਤੁਸੀਂ ਉਹ ਤੁਹਾਡੇ ਪ੍ਰਵਾਨ ਆ, ਬਸ ਜੀ, ਬਸ।